ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਉਹ ਹੱਥੀ ਕੁੰਡੇ ਸਿਰ ਤੇ ਸ਼ਮਲੇ, ਗਲ ਚ ਕੈਂਠੇ ਕਾਲੇ, ਸ਼ੇਰਾਂ ਵਾਂਗੂ ਬੱਕਦੇ ਫਿਰਦੇ ਵੇਖ ਸਿਟੀ ਯੂਨੀਵਰਸਿਟੀ ਵਾਲੇ। ਪਿਆਰ ਭਾਈ ਸਤਿ ਸ਼੍ਰੀ ਅਕਾਲ, ਤੁਹਾਨੂੰ ਸਾਰਿਆਂ ਨੂੰ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ। ਸ਼ੋਅ ਦਾ ਨਾਮ ਹੈ ਜੀ ਕੰਟੀਨੀ ਕੰਟੀਨੀ। ਸੋ ਅੱਜ ਦਾ ਸਾਡਾ ਕੰਟੀਨੀ ਮੰਡੀਰ ਸਪੈਸ਼ਲ ਐਪੀਸੋਡ ਹੈ ਜੀ, ਕਿਉਂਕਿ ਕੰਟੀਨੀ ਮੰਡੀਰ ਇਜ਼ ਬ੍ਰੌਟ ਟੂ ਯੂ ਬਾਈ 7-Up ਨਿੰਬੂ ਮਸਾਲਾ ਸੋਡਾ, ਅਸਲੀ ਨਿੰਬੂ ਤੇ ਮਸਾਲਾ, ਅਸਲੀ ਨਿੰਬੂ ਤੇ ਮਸਾਲਾ। ਬੇਟਾ ਪਾ ਕੇ ਗੱਲਬਾਤ ਕਰਦੇ ਜੀ ਸ਼ੁਰੂ। ਸਤਿ ਸ਼੍ਰੀ ਅਕਾਲ, ਨਮਸਤੇ ਇਕੱਠਾ ਹੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਂ ਹੈ ਤੁਹਾਡਾ? ਜਸਪ੍ਰੀਤ ਕੌਰ। ਮਾਈਕ ਤਾਂ ਨੀਅਰ ਦਾ ਠੋਡੀ। ਵੈਰੀ ਗੁੱਡ, ਵੈਰੀ ਗੁੱਡ। ਕੀ ਸ਼ੌਂਕ ਨੇ ਤੁਹਾਡੇ, ਹੌਬੀਜ਼ ਕੀ ਹੈ ਜੀ? ਮੇਰੇ ਸ਼ੌਂਕ ਜੀ ਨੱਚਣਾ। ਨੱਚਣਾ ਜੀ, ਗਾਉਣਾ। ਓਕੇ, ਦੰਦ ਤੁਹਾਡੇ ਦੋ ਨੇ ਉੱਪਰ? ਹਾਂਜੀ, ਬਹੁਤ ਵਧੀਆ। ਮੇਰੇ ਵੀ ਟੇਢੇ ਨੇ, ਤੁਹਾਡੇ ਵੀ? ਬਹੁਤ ਵਧੀਆ, ਕਿਸਮਤ ਵਾਲੇ। ਲੱਕੀ ਲੱਕੀ ਲੱਕੀ, ਪੈਸਾ ਬਹੁਤ ਹੋਣਾ ਤੁਹਾਡੇ ਕੋਲ। ਕਿਹੜਾ ਕੋਰਸ ਜੁਆਇਨ ਕੀਤਾ ਇੱਥੇ? ਇੱਥੇ ਮੈਂ ਬੀਬੀਏ ਕੀਤਾ ਹੈ। ਬੀਬੀਏ? ਕਿਹੜੇ ਕਿਹੜੇ ਸਬਜੈਕਟ ਨੇ ਇਹ 'ਚ? ਇਕਨੋਮਿਕਸ ਤੇ ਅਕਾਊਂਟਸ, ਬਿਜ਼ਨਸ ਲਾਅ। ਨਹੀਂ ਨਹੀਂ, ਤੁਹਾਨੂੰ ਨਹੀਂ ਪਤਾ ਰਾਜੀ, ਇਹਨਾਂ ਨੂੰ ਪਤਾ। ਹਾਂਜੀ ਹਾਂਜੀ, ਕੰਪਨੀ ਲਾਅ ਇਕਨੋਮਿਕਸ ਹੈ ਤੇ ਕਾਰਪੋਰੇਟ ਅਕਾਊਂਟਸ। ਓਕੇ, ਤੇ ਕੀ ਸੁਣਾਓਗੇ, ਗਾਣਾ ਸੁਣਾਓਗੇ? ਜੀ ਮੈਂ ਨੱਚੂੰਗੀ ਜੀ। ਅੱਛਾ, ਦਿੱਤਾ ਹੋਇਆ ਗਾਣਾ ਤੁਸੀਂ? ਓਕੇ ਓਕੇ, ਸੋ ਲਓ ਜੀ, ਇੱਕ ਮਸਾਲੇਦਾਰ ਪਰਫਾਰਮੈਂਸ ਤਿਆਰ ਹੈ ਜੀ ਸਭ ਤੋਂ ਪਹਿਲੀ, ਤੇ ਆਪਾਂ ਇੰਜੋਏ ਕਰਦੇ ਹਾਂ ਜੀ ਇਸ ਪਰਫਾਰਮੈਂਸ ਨੂੰ। ਆਓ ਜੀ। ਕਿੰਨੇ ਕਿਲੋਮੀਟਰ ਇੱਥੋਂ? ਜਿਵੇਂ ਕਾਲਜ ਤੋਂ ਕਿੰਨੇ ਕਿਲੋਮੀਟਰ ਤੁਹਾਡਾ ਘਰ? ਪਤਾ ਨਹੀਂ, ਪਤਾ ਹੀ ਨਹੀਂ। ਦੇਖੋ ਕਿੰਨੇ ਕਿਲੋਮੀਟਰ ਹੈ, ਕਿਤੇ ਕਿੰਨੇ ਚਿਰ ਹੋ ਗਿਆ? ਰੋਜ਼ ਨਹੀਂ ਆਉਂਦੇ? ਹਾਂਜੀ ਆਉਂਦੇ। ਫਿਰ ਕਿਲੋਮੀਟਰ ਤੁਹਾਨੂੰ ਪਤਾ ਨਹੀਂ? 13 ਕਿਲੋਮੀਟਰ? ਨਹੀਂ, ਇਹਨਾਂ ਦੇ ਘਰ ਤੋਂ ਪੁੱਛਿਆ ਜੀ। ਅੱਛਾ, ਤੁਸੀਂ ਵੀ ਉੱਥੋਂ? ਚਲੋ ਠੀਕ ਹੈ। 13 ਕਾਹਤੇ ਹੁਣੇ ਬੱਸੇ ਆਉਂਦੇ ਹੋ ਕਿ ਸਕੂਲ ਬੱਸ, ਕਾਲਜ ਬੱਸ? ਐਕਟਿਵਾ। ਭੁੰਡੀ, ਬਹੁਤ ਵਧੀਆ ਬਹੁਤ ਵਧੀਆ। ਭੁੰਡੀ ਭੁੰਡੀ ਜਿੰਦਾਬਾਦ। ਤੇ ਹੋਰ ਕੀ ਹੌਬੀਜ਼ ਕੀ ਨੇ ਜੀ? ਸਿੰਗਿੰਗ। ਸਿੰਗਿੰਗ? ਗਾਣਾ ਸੁਣਾਓ ਜੀ, ਸੁਣਾਓ ਸੁਣਾਓ ਸੁਣਾਓ। ਤੂੰ ਸਜਣਾ ਰੱਬ ਦੇ ਨਾਂ ਵਰਗਾ, ਥੇ ਆਉਂਦੇ ਜਾਂਦੇ ਸਾ ਵਰਗਾ, ਤੂੰ ਸਜਣਾ ਰੱਬ ਦੇ ਨਾਂ ਵਰਗਾ। ਆ ਤੇਰੇ ਲਈ ਹੈ। ਥੇ ਆਉਂਦੇ ਜਾਂਦੇ ਸਾ ਵਰਗਾ, ਤੈਨੂੰ ਪਾਉਣ ਲਈ ਅਸੀਂ ਵੇ ਸਜਣਾ, ਤੈਨੂੰ ਪਾਉਣ ਲਈ ਅਸੀਂ ਵੇ ਸਜਣਾ, ਕਰ ਕੀ ਨਹੀਂ ਸਕਦੇ
ਕਿਆ ਬਾਤ ਹੈ ਤੇਰੇ ਬਿਨ ਮਰ ਤਾਂ ਸਕਦੇ ਆਂ ਦੇ ਦੇ ਡੇਗੀ ਡੇਗੀ ਦੇ ਡੇਗ ਲੱਗੀ ਹੈ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰ ਤਾਂ ਸਕਦੇ ਆਂ ਤੇਰੇ ਬਿਨ ਜੀ ਨਹੀਂ ਸਕਦੇ ਬਹੁਤ ਸੋਹਣੀ ਬਾਤ ਜੀ ਬਹੁਤ ਸੋਹਣੀ ਬਾਤ ਥੈਂਕ ਯੂ ਸੋ ਮਚ ਜੀ ਲਓ ਜੀ ਸੈਵਨ ਅਪ ਨਿੰਬੂਜ਼ ਮਸਾਲਾ ਤੁਹਾਡਾ ਤੁਹਾਡੇ ਲਈ ਨਾਲੇ ਤੁਹਾਡੇ ਸੂਟ ਨਾਲ ਮੈਚਿੰਗ ਪੂਰਾ ਜੀ ਗੋਡ ਬਲੈਸ ਯੂ ਬਹੁਤ ਸੋਹਣੀ ਆਵਾਜ਼ ਮਾਰੇ ਤੁਹਾਨੂੰ ਤਰੱਕੀ ਦੇਣ ਦੰਦ ਚੋਰੀ ਸਾਡਾ ਹੋ ਗਿਆ ਬਈ ਕੀ ਕਰੀਏ ਕੀ ਕਰੀਏ ਸਤਿ ਸ਼੍ਰੀ ਅਕਾਲ ਤੇ ਮੇਰਾ ਨਾਮ ਧਰਮਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਧਰਮ ਜੀ ਹਾਂਜੀ ਕੀ 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 ਕਹਿਣਾ ਚਾਹੁੰਦੇ ਹੋ ਕੀ ਸੁਨੇਹਾ ਕੀ ਦੇਣੇ ਹੋ ਤੁਹਾਨੂੰ ਸਰ ਮੈਂ ਇੱਕ ਪੋਇਮ ਲਿਖੀ ਸੀਗੀ ਅੱਛਾ ਕਵਿਤਾ ਲਿਖੀ ਹੈ ਸੁਣਾਓ ਸੁਣਾਓ ਮਾਈਕ ਤਾਂ ਹੀ ਰੱਖਿਓ ਮੇਰਾ ਵੀਰ ਜੇ ਮੈਂ ਫੜਾਂ ਨਾ ਕਿ ਮੇਰੀ ਭਾਰਾ ਹੈ ਭਾਰੀ ਚੀਜ਼ ਹੈ ਨਾ ਚੱਕੀ ਨਹੀਂ ਜਾਂਦੀ ਹੁੰਦੀ ਉਹ ਡੋਲੀਆਂ ਹਾਂਜੀ ਯਾਰੋ ਤਲਵਾਰ ਸੇ ਤੇਜ਼ ਆਪਣੀ ਰਫਤਾਰ ਰੱਖਣਾ ਏਕ ਮੌਕਾ ਛੂਟ ਜਾਏ ਦੂਸਰਾ ਤਿਆਰ ਰੱਖਣਾ ਜ਼ਿੰਦਗੀ ਏਕ ਬਾਰ ਮਿਲਤੀ ਹੈ ਇਸਕਾ ਖਿਆਲ ਰੱਖਣਾ ਕਭੀ ਵੀ ਆਪਣੇ ਆਪ ਕੋ ਕਿਸੇ ਕੰਮ ਮਤ ਸਮਝਣਾ ਜ਼ਿੰਦਗੀ ਮੈਂ ਲਾਖ ਮੁਸ਼ਕਲਾਂ ਹੈ ਹੱਸਕਰ ਬਤਾਨੇ ਕੀ ਆਦ ਸਮਝਾ ਜ਼ਿੰਦਗੀ ਏਕ ਬਾਰ ਮਿਲਤੀ ਹੈ ਉਧਾਰ ਮਤ ਸਮਝਣਾ ਤੇਰੇ ਛੱਡ ਜਾ ਟੀ ਸ਼ਰਟ ਦੇ ਟੀ ਸ਼ਰਟ ਮੇਰੇ ਭਰਾ ਨੂੰ ਟੀ ਸ਼ਰਟ ਦੀ ਲੋੜ ਹੈ ਇਹ ਟੀ ਸ਼ਰਟ ਹੈ ਉਹ ਨਜ਼ਰ ਸੈਵਨ ਅਪ ਨਿੰਬੂ ਮੈਂ ਤੈਨੂੰ ਪਿਆਉਣਾ ਮੈਂ ਪਿਆਉਣਾ ਨਿੰਬੂ ਮਸਾਲਾ ਨਿੰਬੂ ਪਤਾ ਕੀ ਭਰਾ ਦਾ ਪੂਰਾ ਖਿਆਲ ਰੱਖਣਾ ਫਿਰ ਕੀ ਹੋ ਜਾਏ ਘਰ ਦੇ ਨਹੀਂ ਖਵਾਉਂਦੇ ਅਸੀਂ ਤਾਂ ਖਵਾਈਏ ਇਹ ਜਿਉਂਦਾ ਰਹਿ ਘਰਦਿਆਂ ਨੂੰ ਕਹਿ ਦੇ ਕਹਿ ਜੇ ਨਹੀਂ ਖਵਾਉਂਦੇ ਭਰਾ ਹੈਗੇ ਨੇ ਕਹਿ ਦੇ ਘਰਦਿਆਂ ਨੂੰ ਅਸੀਂ ਸਿਹਤ ਬਣਾਵਾਂਗੇ ਅਸੀਂ ਤੇਰਾ ਜਿੰਮਾ ਚੁੱਕ ਲਾਂਗੇ ਫਿਕਰ ਨਾ ਕਰ ਸੈਵਨ ਅਪ ਨਿੰਬੂ ਦਾ ਮਸਾਲਾ ਸੋਡਾ ਅਸਲੀ ਨਿੰਬੂ ਦੇ ਮਸਾਲਾ ਪਾ ਕੇ ਆਓ ਜੀ ਸਤਿ ਸ਼੍ਰੀ ਅਕਾਲ ਜੀ ਉੱਧਰ ਘਰ ਦੇ ਉੱਧਰ ਕੀ ਨਾਂ ਤੁਹਾਡਾ ਦਾਸ ਨੂੰ ਇਮਰਾਨ ਹਾਸ਼ਮੀ ਤੇ ਚਮਕੀਲੇ ਦਾ ਕੰਬੀਨੇਸ਼ਨ ਕਹਿੰਦੇ ਆ ਅੱਛਾ ਜੀ ਉਹ ਕਿਵੇਂ ਕਹਿੰਦੇ ਨੇ ਜੀ ਆ ਤੁਹਾਨੂੰ ਪਤਾ ਹੀ ਆ ਕੁਆਲਿਟੀਆਂ ਪਤਾ ਹੀ ਨੇ ਦੋਨਾਂ 'ਚ ਕੀ ਆ ਸੁਣਾਓ ਫਿਰ ਕੁਝ ਗਾਣਾ ਆਉਂਦਾ ਹਾਂਜੀ ਸੁਣਾਓ ਚਮਕੀਲਾ ਜੀ ਦਾ ਇਸਮ ਆਉਂਦਾ ਫਿਰ ਬਸ ਉਹੋ ਜਿਹਾ ਗਾਈ ਵੀ ਜਿਹੜਾ ਸਾਰੇ ਦੇਖ ਲੈਣ ਜਾਂ ਸਾਰੇ ਸੁਣ ਲੈਣ ਪਹਿਲਾ ਕਹਮ ਬੈਲੀਆਂ ਨੇ ਬੈਲ ਖੱਟਣੇ ਦੂਜਾ ਕਹਮ ਬੋਤਲ ਹੰਦੇ ਡੱਟ ਪੱਟਣੇ ਪਹਿਲਾ ਕਹਮ ਬੈਲੀਆਂ ਨੇ ਬੈਲ ਖੱਟਣੇ ਦੂਜਾ ਕਹਮ ਬੋਤਲ ਹੰਦੇ ਡੱਟ ਪੱਟਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਟੱਕਰੇ ਨੀ ਤੇਰੇ ਦਰ ਤੇ ਦਰ ਤੇ ਬਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਥੈਂਕ ਯੂ ਵੈਰੀ ਥੈਂਕ ਯੂ ਮੇਰਾ ਭਰਾ ਥੈਂਕ ਯੂ ਬਹੁਤ ਸੋਹਣਾ ਗਾਉਂਦੇ ਹੋ ਬਹੁਤ ਸੋਹਣਾ ਆ ਲਓ ਜੀ ਸੈਵਨ ਅਪ ਨਿੰਬੂ ਦਾ ਮਸਾਲਾ ਤੁਹਾਡਾ ਸਭ ਤੋਂ ਵੱਡੀ ਗੱਲ ਹੈ ਤੁਸੀਂ ਤਾਲ ਦੇ ਵਿੱਚ ਬਹੁਤ ਸੋਹਣਾ ਥੈਂਕ ਯੂ ਸੋ ਮਚ ਗੋਡ ਬਲੈਸ ਯੂ ਮੇਰਾ ਭਰਾ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣ ਲੱਗਾ ਸੀਗਾ ਵੀ ਡੈਡੀ ਗੋਰਾ ਸੀਗਾ ਕਿ ਮੰਮੀ ਕਿਉਂਕਿ ਮੁੰਡਾ ਅੰਗਰੇਜ਼ ਹੈ ਦੇਖੋ ਮੁੰਡਾ ਗੋਰਾ ਕਿੱਥੇ ਜਨਮ ਹੋਇਆ ਇਹ ਇੰਗਲੈਂਡ ਹੋਇਆ ਅਮੈਰੀਕਾ ਹੋਇਆ ਬੇਟੇ ਕਿਉਂਕਿ ਨਾਮ ਜੋਰਡਨ ਹੈ ਹਾਂਜੀ ਮਲੇਰਕੋਟਲੇ ਹੋਇਆ ਮਲੇਰਕੋਟਲਾ ਹੋਇਆ ਓਕੇ ਓਕੇ ਨਾ ਬਹੁਤ ਵਧੀਆ ਰੰਗ ਰੂਪ ਬਹੁਤ ਵਧੀਆ ਅਤੇ ਮਾਰੇ ਤਰੱਕੀ ਦੇਣ ਕਿਹੜੇ ਕੀ ਕਿਹੜਾ ਕੋਰਸ ਜੁਆਇਨ ਕੀਤਾ ਇੱਥੇ ਐਚ ਐਮ ਹੋਟਲ ਮੈਨੇਜਮੈਂਟ ਹੋਟਲ ਮੈਨੇਜਮੈਂਟ ਓਕੇ ਓਕੇ ਡੈਡ ਕੀ ਕਰਦੇ ਨੇ ਜੀ ਪਰਿਵਾਰ 'ਚ ਕੌਣ ਕੌਣ ਤੁਹਾਡੇ ਡੈਡ ਨੇ ਮੋਮ ਨੇ ਡੈਡ ਮੇਰੇ ਆਰਕੀਟੈਕਟ ਨੇ ਜੋਰਡਨ 'ਚ ਡੈਡ ਤੁਹਾਡੇ ਆਰਕੀਟੈਕਟ ਨੇ ਕਿੱਥੇ ਜੋਰਡਨ ਜੋਰਡਨ ਉਹ ਗ੍ਰੇਡ ਓਕੇ ਉਹ ਜੋਰਡਨ ਕੰਪਨੀ 'ਚ ਨੇ ਅੱਛਾ ਜੋਰਡਨ ਜਿਹੜਾ ਦੇਸ਼ ਹੈ ਉੱਥੇ ਓਕੇ ਓਕੇ ਫਿਰ ਤੁਹਾਡਾ ਨਾਮ ਵੀ ਜੋਰਡਨ ਹੈ ਨਹੀਂ ਨਹੀਂ ਨਾ ਤਾਂ ਕੋਈ ਹੋਰ ਹੋਊਗਾ ਨਾਮ ਰੀਅਲ ਨੇਮ ਤਰਨਵੀਰ ਚੱਲ ਰਿਹਾ ਨਿੱਕ ਨੇਮ ਜੋਰਡਨ ਚੱਲਦਾ ਬਸ ਤਰਨਵੀਰ ਚੱਲ ਸੋਹਣਾ ਆਪਣਾ ਪੰਜਾਬੀ ਵਾਲਾ ਨਾਮ ਹੈ ਬਾਕੀ ਇਹ ਵੀ ਜੋਰਡਨ ਜੋਰਡਨ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਤੁਹਾਡਾ ਕੀ ਨਾਂ ਜੀ ਮੇਰਾ ਨਾਮ ਹੇਮਦੀਪ ਹੈ ਹਾਂਜੀ ਹੇਮਦੀਪ ਹੇਮਦੀਪ ਇੱਕ ਮਿੰਟ ਅੱਗੇ ਆਓ ਮੈਂ ਅਨਾਊਂਸਮੈਂਟ ਕਰਾਂ ਇਹ ਮੇਰੀ ਭੈਣ ਦੀ ਬੜੀ ਅਫਸੋਸ ਵਾਲੀ ਗੱਲ ਹੈ ਜੁੱਤੀ ਗਵਾਚ ਗਈ ਹੈ ਅਤੇ ਕਿਰਪਾ ਕਰਕੇ ਕਿਸੇ ਨੂੰ ਵੀ ਜਦੋਂ ਲੱਭੇ ਅਤੇ ਹੁਣ ਮੇਰੀ ਭੈਣ ਦੀ ਜੁੱਤੀ ਜ਼ਰੂਰ ਦੇ ਕੇ ਜਾਓ ਅਸੀਂ ਉਹਨੂੰ ਸੈਵਨ ਆਪਣੀ ਮਸਾਲਾ ਸੋਡਾ ਦੀਆਂ ਬੋਤਲਾਂ ਦੋ ਦੇ ਦਾਂਗੇ ਮੈਂ ਕਰਤੀ ਅਨਾਊਂਸਮੈਂਟ ਮੈਨੂੰ ਪਤਾ ਤੁਸੀਂ ਇਹੀ ਕਰਾਉਣੀ ਸੀਗੀ ਹਾਂਜੀ 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 ਹੋਰ ਕੀ ਸ਼ੌਂਕ ਨੇ ਤੁਹਾਡੇ ਹੋਬੀਜ਼ ਕੀ ਹੈ ਜੀ ਮੇਰਾ ਸਿੰਗਿੰਗ ਤੇ ਡਾਂਸਿੰਗ ਓਕੇ ਜੀ ਭੰਗੜਾ ਪਾਉਣਾ ਓਕੇ ਤੁਹਾਡਾ ਕੀ ਨਾਂ ਹੈ ਜੀ ਮੇਰਾ ਨਾਮ ਅਰਸ਼ਪ੍ਰੀਤ ਕੌਰ ਜੁੱਤੀਆਂ ਦੋ ਚੱਕੀਆਂ ਗਈਆਂ ਨੇ ਭੰਗੜਾ ਕਰਨਾ ਅੱਛਾ ਭੰਗੜਾ ਭੰਗੜਾ ਵੀਰੇ ਤੁਸੀਂ ਵੀ ਭੰਗੜਾ ਜੀ ਸਾਰਿਆਂ ਨਾਲ ਮਿਲ ਕੇ ਚਲੋ ਸੋ ਇਹ ਮਸਾਲੇਦਾਰ ਪਰਫਾਰਮੈਂਸ ਆਪਾਂ ਇੰਜੋਏ ਕਰਦੇ ਹਾਂ ਜੀ ਭੰਗੜੇ ਦੀ
ਬਹੁਤ ਵਧੀਆ ਬਹੁਤ ਵਧੀਆ, ਜ਼ੋਰਦਾਰ ਤਾੜੀਆਂ ਜ਼ੋਰਦਾਰ ਤਾੜੀਆਂ। ਨਿੰਬੂ ਮਸਾਲਾ, ਨਿੰਬੂ ਮਸਾਲਾ। ਵਕਤ ਹੋ ਚੁੱਕੇ ਛੋਟੇ ਜਿਹੇ ਬ੍ਰੇਕ ਦਾ, ਹੁਣੇ ਗਏ ਤੇ ਹੁਣੇ ਆਏ, ਤੁਸੀਂ ਵੇਖਦੇ ਰਹੋ ਕੰਟੀਨਿਊ ਮਟੀਰੀਅਲ ਇਜ਼ ਬ੍ਰੌਟ ਟੂ ਯੂ ਬਾਈ 7 ਅਪ ਨਿੰਬੂ ਮਸਾਲਾ ਸੋਡਾ, ਅਸਲੀ ਨਿੰਬੂ ਤੇ ਮਸਾਲਾ ਪਾ ਕੇ ਸਾਲ ਪਾ ਕੇ। ਉਹਦੇ ਨਾਲ ਦੀ ਨਾਲ ਸਪੈਸ਼ਲ ਹੋਰ ਵੀ ਹੈਗੇ ਨੇ, ਕਿਉਂਕਿ ਸਪੈਸ਼ਲ ਗੈਸਟ ਸੈਲੀਬ੍ਰਿਟੀ ਗੈਸਟ ਸਾਡੇ ਨਾਲ ਨੇ, ਸਾਡੇ ਵਿੱਚ ਹੈਗੇ ਨੇ ਜੀ ਬਹੁਤ ਹੀ ਹਰਮਨ ਪਿਆਰੇ, ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਔਰ ਪੱਗ ਦੇ ਨਾਮ ਦੇ ਨਾਲ ਉਹਨਾਂ ਨੇ ਸਾਰਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੈ। ਸੋ ਜ਼ੋਰਦਾਰ ਤਾੜੀਆਂ ਦੇ ਨਾਲ ਪਲੀਜ਼ ਵੈਲਕਮ ਸੋਹਣਾ ਸੁਨੱਖਾ ਗੱਭਰੂ, ਸੋਹਣੀ ਪੱਗ ਵਾਲਾ ਮੇਰਾ ਵੱਡਾ ਵੀਰਾ ਇੰਦਰਜੀਤ। ਇੰਨੇ ਸਟੂਡੈਂਟ ਫਿਰ ਵੀ ਜੋਸ਼ ਹੈ ਨਾ। ਸਤਿ ਸ਼੍ਰੀ ਅਕਾਲ, ਕਿੱਦਾਂ? ਕੀ ਹਾਲ ਚਾਲ ਜੀ? ਗੁੱਡ ਗੁੱਡ। ਅੱਛਾ, ਮੈਂ ਸੋਚਦਾ ਸੀਗਾ ਵੀ ਮੈਂ ਹੀ ਸੋਹਣਾ ਲੱਗੂੰਗਾ ਅੱਜ, ਪਰ ਭਾਜੀ ਉਹਨਾਂ ਨੇ ਸਿਰ ਵਾਲਾ ਤਾਂ ਦੇਖੋ। ਹੈਂ, ਮੇਰੇ ਵਰਗੇ ਬੰਦੇ ਕਦੇ ਕਦੇ ਬਣਦੇ ਨੇ। ਨਾ ਨਾ ਨਾ, ਜਿਹੜੇ ਹਮੇਸ਼ਾ ਉਹੋ ਜਿਹੇ ਰਹਿੰਦੇ ਆ ਨਾ। ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਥੋੜ੍ਹੇ ਸਮੇਂ ਦੇ ਵਿੱਚ ਗਾਣਾ ਹਿੱਟ ਕਰਕੇ ਥੋੜ੍ਹੇ ਸਮੇਂ ਲਈ ਲੋਕਾਂ ਦੇ ਵਿੱਚ ਜਗ੍ਹਾ ਬਣਾਉਣ ਵਾਲੇ ਬਹੁਤ ਕਲਾਕਾਰ ਨੇ, ਪਰ ਇਹ ਉਹ ਨੇ ਜਿਨ੍ਹਾਂ ਨੂੰ 10 ਸਾਲ ਨਹੀਂ, 15 ਸਾਲ ਨਹੀਂ, ਘੱਟੋ ਘੱਟ 20 ਸਾਲ ਹੋ ਗਏ, ਪਰ ਇਹ ਲੱਗਦੇ ਅੱਜ ਵੀ ਉਵੇਂ ਨੇ। ਹੈਲੋ, ਉਮਰ ਵੱਲ ਨਹੀਂ ਜਾਣਾ, ਜਿਹਨੂੰ ਸਿਰਾ ਕਹਿੰਦੇ ਨੇ ਉਹ। ਥੈਂਕ ਯੂ ਭਾਜੀ ਦਾ ਇੱਕ ਵਾਰੀ ਫੇਰ ਵੈਲਕਮ। ਥੈਂਕ ਯੂ ਭਾਜੀ। 7 ਅਪ ਨਿੰਬੂ ਮਸਾਲਾ ਸੋਡਾ ਇਹ ਸਾਡੇ ਅੱਜ ਦੇ ਸਪੈਸ਼ਲ ਹੈਗੇ ਨੇ, ਉਸ ਤੋਂ ਵੀ ਸਪੈਸ਼ਲ ਇਸ ਕਰਕੇ ਹੋ ਗਿਆ ਕਿ ਸਾਡੇ ਸ਼ੋਅ ਦੇ ਵਿੱਚ ਅੱਜ ਤੁਸੀਂ ਆਏ ਹੋ। ਥੈਂਕ ਯੂ ਵੈਰੀ ਮਚ, ਤੁਹਾਡਾ ਬਹੁਤ ਸਾਰਾ ਨਿੱਘਾ। ਮੈਨੂੰ ਇਦਾਂ ਲੱਗਦਾ, ਮੈਂ ਹਮੇਸ਼ਾ ਤੇਰੇ ਪ੍ਰੋਗਰਾਮ ਦੇਖਦਾ ਜਦੋਂ ਵੀ, ਮੈਨੂੰ ਲੱਗਦਾ ਕਿ ਤੂੰ ਇਕੱਲਾ ਹੀ ਹੋਣਾ ਐਂਡ ਇਕੱਲਾ ਹੀ ਸਟਾਰ ਰਹਿਣਾ ਹਮੇਸ਼ਾ। ਮੈਂ ਜੇ ਹੈਗਾ ਆਪਾਂ ਸਾਰੇ ਨਾਲ ਸੀਰੀਅਸਲੀ, ਹਾਂ ਸੀਰੀਅਸਲੀ, ਤੈਨੂੰ ਇੱਕ ਚੰਗੇ ਆਰਟਿਸਟ ਤੋਂ ਜ਼ਿਆਦਾ ਲੋਕ ਪਿਆਰ ਕਰਦੇ ਨੇ। ਤੇਰਾ ਸ਼ੋਅ ਬਹੁਤ ਅੱਛਾ ਜਾਂਦਾ, ਬਹੁਤ ਪਿਆਰ ਕਰਦੇ ਨੇ MH1 ਦੇ, ਕੰਟੀਨੀ ਮੰਡੀਰ ਨੂੰ ਸਾਰੇ। ਸੀਰੀਅਸਲੀ ਭਾਈ, ਜਿਹੜਾ ਕੰਟੀਨ ਵਾਲਾ ਗਾਣਾ ਸੀਗਾ ਜੀ, ਤੈਨੂੰ ਕਿੰਨੀ ਵਾਰ ਕਿਹਾ ਮੈਂ? ਮੈਂ ਤੁਹਾਨੂੰ ਕਿਹਾ ਸੀ ਨਾ ਤੁਹਾਨੂੰ ਸੱਦੂਗਾ। ਬੜੀ ਦੇਰ ਹੋ ਗਈ, ਮੈਂ ਅਸੀਂ ਜਦੋਂ ਵੀ ਗੱਲ ਕਰਨੀ, ਮੈਂ ਕਹਿਣਾ ਯਾਰ ਉਹ 'ਚ ਮੇਰਾ ਗਾਣਾ ਇੱਕ ਆਇਆ ਕਾਲਜ ਦੀ ਕੰਟੀਨ, ਉਹਦੇ ਵਿੱਚ ਚਲਾ ਲਿਆ ਕਰੋ। ਉਸ ਤੋਂ ਬਾਅਦ ਮੈਂ ਕਿਹਾ ਭਾਜੀ ਜਦੋਂ ਤੁਸੀਂ ਆਓਗੇ ਕਹਿੰਦਾ ਫਿਰ ਆਪਾਂ ਗਾਵਾਂਗੇ। ਹਾਂ, ਮੈਂ ਇਹ ਕਿਹਾ ਸੱਜ ਆਪਾਂ ਉੱਥੇ ਕਰਦੇ ਹਾਂ। ਹਾਂ ਹਾਂ, ਉਹ ਉੱਥੋਂ ਸ਼ੁਰੂ ਕਰੋ ਜੀ, ਨਾਲੇ ਪ੍ਰੋਗਰਾਮ ਉਦਾਂ ਦਾ, ਨਾਲੇ ਵੀਰੇ ਦਾ ਗਾਣਾ ਉਦਾਂ ਦਾ। ਆ ਜਾਓ ਜੀ। ਜਦੋਂ ਕਾਲਜ ਵਿੱਚ ਪੜ੍ਹਦੇ ਸੀ ਭਾਈ, ਬੜੇ ਨਜ਼ਾਰੇ ਆਉਂਦੇ ਸੀ, ਨਾ ਫਿਕਰ ਨਾ ਫਾਕੇ ਸੀ, ਮਰਜ਼ੀ ਨਾਲੇ ਉੱਠਦੇ ਸੌਂਦੇ ਸੀ, ਘੱਟ ਪੜਾਈਆਂ ਵੱਧ ਲੜਾਈਆਂ, ਨਿਤ ਹੀ ਕੁੰਡੀ ਅੜਦੀ ਸੀ ਉਹਨਾਂ ਦਿਨਾਂ ਵਿੱਚ। ਕਾਲਜ ਦੀ ਕੰਟੀਨ ਦੀ ਚਾਵੀ ਦਾਰੂ ਵਾਂਗੂ ਚੜਦੀ ਸੀ, ਕਾਲਜ ਦੀ ਕੰਟੀਨ ਦੀ ਚਾਵੀ ਦਾਰੂ ਵਾਂਗੂ ਚੜਦੀ ਸੀ। ਅੱਛਾ, ਮੇਰੇ ਵਾਲੇ ਟਾਈਮ ਸੀਰੀਅਸਲੀ ਕਾਲਜ ਦਾ ਮਾਹੌਲ ਹਮੇਸ਼ਾ ਚੰਗਾ ਹੁੰਦਾ, ਇਹ ਲਾਈਫ ਹਮੇਸ਼ਾ ਚੰਗੀ ਹੁੰਦੀ ਹੈ। ਮੇਰੇ ਆਪਣੇ ਕਾਲਜ ਦੀਆਂ ਕੁਝ ਗੱਲਾਂ ਨੇ ਜਿਹੜੀਆਂ ਬਹੁਤ ਚੰਗੀਆਂ ਸੀ, ਉਹ ਕਿਹੜੀਆਂ ਕਿਹੜੀਆਂ ਸੀ ਜਿਹੜੀਆਂ ਮੈਂ ਗਾਣੇ 'ਚ ਪਰਵਾਈਆਂ? ਕਹਿੰਦਾ ਉਹ ਜੱਗੇ ਦੇ ਨਾਲ ਭੋਲੀ ਫਸ ਗਈ ਤੇ ਮਿੰਟੂ ਦੇ ਨਾਲ ਮੀਨਾ, ਓਏ ਚੰਨੀ ਬਿੱਟੂ ਦੀਪ ਤੇ ਤੇਜਾ ਇੱਕ ਬੰਟੀ ਯਾਰ ਨਗੀਨਾ, ਓਏ ਬਿੱਲੇ ਦੇ ਨਾਲ ਬਿੱਲੀ ਪਿਆਰ 'ਚ ਥੋੜਾ ਥੋੜਾ ਲੜਦੀ ਸੀ ਉਹਨਾਂ ਦਿਨਾਂ ਵਿੱਚ ਸਾਰੇ ਜਾਣੇ। ਕਾਲਜ ਦੀ ਕੰਟੀਨ ਦੀ ਚਾਵੀ ਦਾਰੂ ਵਾਂਗੂ ਚੜਦੀ ਸੀ, ਕਾਲਜ ਦੀ ਕੰਟੀਨ ਦੀ ਚਾਵੀ ਦਾਰੂ। ਕਹਿੰਦਾ ਇੱਕ ਮਿਸ ਜੀ ਦਾ ਨਾਂ ਨੀ ਲੈਣਾ, ਉਹ ਜੀ ਦਾ ਪੀਰੀਅਡ ਮਿਸ ਨਾ ਕਰਦੇ ਸੀ, ਉਸ ਲੈਕਚਰਾਰ ਤੇ ਮੁੰਡੇ ਕੀ ਪ੍ਰੋਫੈਸਰ ਵੀ ਤਾਂ ਮਰਦੇ ਸੀ, ਉਹ ਰੌਣਕ ਜਿਹੀ ਆ ਜਾਂਦੀ ਸੀ ਜਦ ਕਾਲਜ ਦੇ ਵਿੱਚ ਵੜਦੀ ਸੀ ਉਹਨਾਂ ਦਿਨਾਂ ਵਿੱਚ ਜੀ। ਕਾਲਜ ਦੀ ਕੰਟੀਨ ਦੀ ਚਾਵੀ ਦਾਰੂ ਵਾਂਗੂ ਚੜਦੀ ਸੀ, ਕਾਲਜ ਦੀ ਕੰਟੀਨ ਦੀ ਚਾਵੀ, ਉਹ ਅੱਜ ਵੀ ਚੇਤੇ ਆਉਂਦੇ ਨੇ ਮੈਨੂੰ ਮੇਰੇ ਯਾਰ ਕਮੀਨੇ, ਓਏ ਮੇਰੇ ਯਾਰ ਕਮੀਨੇ ਸਾਰੇ ਹੀ ਪਰ ਦਿਲਾਂ ਦੇ ਬੜੇ ਨਗੀਨੇ, ਇੱਕ ਭੋਲਾ ਸੀ ਜੀ ਦਾ ਪਤਾ ਹੀ ਨਹੀਂ ਲੱਗਿਆ ਉਹ ਪੜ੍ਹਦਾ ਸੀ ਜਾਂ ਪੜ੍ਹਦੀ ਸੀ ਉਹਨਾਂ ਦਿਨਾਂ ਵਿੱਚ। ਕਾਲਜ ਦੀ ਕੰਟੀਨ ਦੀ ਚਾਵੀ ਦਾਰੂ ਵਾਂਗੂ ਚੜ੍ਹਦੀ ਸੀ, ਕਾਲਜ ਦੀ ਕੰਟੀਨ ਦੀ ਚਾਵੀ ਦਾਰੂ ਵਾਂਗੂ ਚੜ੍ਹਦੀ।
ਬਹੁਤ ਵਧੀਆ ਇਹ ਲਾਈਫ ਜਿਹੜੀ ਕਾਲਜ ਦੀ ਲਾਈਫ ਸੀ ਉਹ ਸੀ ਸਾਰਾ ਮੇਰਾ ਬਿਲਕੁਲ ਜੀ ਅੱਛਾ ਭਾਅ ਜੀ ਇੱਕ ਨਾ ਮੈਂ ਕੱਲ੍ਹ ਸਨੈਪਚੈਟ ਦੇ ਉੱਤੇ ਪਾਇਆ ਸੀਗਾ ਕਿ ਨਿੱਕੂ ਭਾਈ ਤੋਂ ਤੁਸੀਂ ਕਿਹੜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਬਹੁਤ ਸਾਰੇ ਇੱਕ ਸਵਾਲ ਬਹੁਤ ਸਾਰਾ ਆਇਆ ਸੀਗਾ ਕਿ ਭਾਈ ਨੂੰ ਪੁੱਛਿਓ ਵੀ ਤੁਸੀਂ ਪੱਗ ਦੇ ਉੱਤੇ ਕਿੰਨਾ ਟਾਈਮ ਲਾਉਂਦੇ ਹੋ ਸਹੀ ਬਹੁਤ ਜ਼ਿਆਦਾ ਮਰ ਗਈ ਜਿਹੜੇ ਭਰਾ ਸੱਜਣ ਜਿੰਨੇ ਮੁੰਡੇ ਪੱਗਾਂ ਬੰਨਦੇ ਆ ਸਾਰਿਆਂ ਨੂੰ ਪਤਾ ਹੋਣਾ ਪੱਗ ਤੇ ਜਿਹੜਾ ਰੂਟੀਨ 'ਚ ਪੱਗ ਬੰਨਦੇ ਆ ਹਾਂਜੀ ਫਿਰ ਟਾਈਮ ਨਹੀਂ ਲੱਗਦਾ ਜਦੋਂ ਬੰਨਣੀ ਆਪਾਂ ਸਾਲ 'ਚ ਅੱਧੀ ਵਾਰ ਫਿਰ ਜ਼ਰੂਰ ਟਾਈਮ ਲੱਗਦਾ ਇੱਦਾਂ ਹੀ ਆ ਨਾ ਮੁੰਡਿਓ ਜਿਹੜਾ ਸਹੀ ਟਾਈਮ ਆ ਪੱਗ ਨੂੰ ਮੇਰੇ ਹਿਸਾਬ ਨਾਲ 10 to 15 minutes ਲੱਗਦੇ ਨੇ ਹਰ ਬੰਦੇ ਨੂੰ ਜੇ ਸੋਹਣੀ ਪੱਗ ਬੰਨਣੀ ਹੈ ਟਕਾ ਕੇ ਪੱਗ ਬੰਨਣੀ ਹੈ ਕੱਲਾ ਕੱਲਾ ਲੜ ਦਿਖਾਉਣਾ ਫਿਰ ਇੰਨੇ ਕੁ ਮਿੰਟ ਲੱਗਦੇ ਨੇ ਤੇ ਭਾਅ ਜੀ ਤੁਹਾਨੂੰ ਮੈਚਿੰਗ ਕੌਣ ਕਰਕੇ ਦਿੰਦਾ ਵੀ ਅੱਜ ਤੁਸੀਂ ਆਹ ਪਾ ਕੇ ਜਾਣਾ ਹੈ ਜਾਂ ਇੱਦਾਂ ਮੈਚਿੰਗ ਜਿਹੜੇ ਫੈਨ ਨੇ ਇਹੀ ਕਰਾਉਂਦੇ ਨੇ ਮੈਨੂੰ ਤਾਂ ਕੱਪੜੇ ਪਾਉਣੇ ਨਹੀਂ ਆਏ ਕਦੇ ਅੱਜ ਵੀ ਸਕੂਲ ਵਾਲੀ ਵਰਦੀ ਪਾਈ ਫਿਰਦਾ ਇਹਦਾ ਸੀਰੀਅਸਲੀ ਮੈਂ ਜਦੋਂ ਨਿਕਲਿਆ ਮੈਨੂੰ ਬਾਅਦ 'ਚ ਪਤਾ ਲੱਗਿਆ ਮੈਂ ਤਾਂ ਕਾਲਜ ਚੱਲਿਆ ਮੇਰੇ ਤਾਂ ਸਕੂਲ 'ਚ ਪਾਏ ਹੁੰਦੇ ਸੀਗੇ ਕਾਲੀ ਪੈਂਟ ਚਿੱਟੀ ਸ਼ਰਟ ਨਾਲ ਮੈਰੂਨ ਪੱਗ ਨਾ ਬਹੁਤ ਸੋਹਣੇ ਬਹੁਤ ਫੱਬ ਰਹੇ ਹੋ ਅਤੇ ਭਾਅ ਜੀ ਉਹ ਜਿਹੜੀ ਮੁਮਤਾਜ਼ ਜਿਹੜੀ ਬੇਵਫਾ ਸੀ ਤੁਸੀਂ ਤਾਜ ਤਾਂ ਨਹੀਂ ਬਣਾਇਆ ਉਹ ਮੰਨੀ ਕਿੱਦਾਂ ਕਿੱਧਰ ਗਈ ਤੂੰ ਕਿਵੇਂ ਕਹਿੰਦੇ ਆ ਤਾਜ ਨਹੀਂ ਬਣਾਇਆ ਤੈਨੂੰ ਵੀ ਪਤਾ ਮੈਂ ਕੀ ਕੁਛ ਬਣਾਇਆ ਹੁਣ ਜੋ ਦਰਸ਼ਕਾਂ ਨੂੰ ਕਿਹਾ ਤੁਸੀਂ ਅਸੀਂ ਤਾਂ ਉਹ ਗੱਲ ਕਹਿ ਸਕਦੇ ਨਾ ਪਰ ਭਾਅ ਜੀ ਦੇਖੋ ਅੰਦਰ ਖਾਤੇ ਕਹਿ ਗਏ ਵੀ ਮੈਂ ਬਣਾਇਆ ਬਹੁਤ ਕੁਛ ਪਰ ਮੈਂ ਆਪਣੇ ਲਈ ਆਪਣੇ ਲਈ ਬਣਾਇਆ ਇੱਕ ਉਹ ਵੀ ਗਾਣਾ ਜ਼ਰੂਰ ਥੋੜੀ ਦੋ ਕੁ ਲਾਈਨਾਂ ਜਿਹਨੂੰ ਦਿਲ ਦੇ ਵਿੱਚ ਵਸਾਇਆ ਸੀ ਇੱਕ ਪਲ ਨਾ ਕਦੇ ਭੁਲਾਇਆ ਸੀ ਬੜਾ ਲੋਕਾਂ ਕੋਲੋਂ ਲੁਕਾਇਆ ਸੀ ਉਹ ਰਾਜ਼ ਬੇਵਫਾਏ ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾਏ ਮੈਂ ਤਾਜ ਬਣਾਵਾਂ ਕਿਹਦੇ ਲਈ ਮੇਰੀ ਮੁਮਤਾਜ਼ ਬੇਵਫਾਏ ਜੀ ਥੈਂਕ ਯੂ ਸੋ ਮਚ ਭਾਈ ਥੈਂਕ ਯੂ ਸੋ ਮਚ ਜੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਅਤੇ ਇੱਕ ਤੁਹਾਨੂੰ ਤੁਸੀਂ ਇਹ ਘੁੱਟ ਪੀਣਾ ਅਨੁਸ਼ਕਾ ਉਹ ਬਾਰ ਬਾਰ ਸੰਗ ਦੀ ਜਾਂਦੇ ਤੁਸੀਂ ਆਏ ਨਾ ਮੈਨੂੰ ਲੱਗਿਆ ਸੱਚੀ ਕੋਈ ਕੁੜੀ ਇੱਧਰ ਅਨੁਸ਼ਕਾ ਹੁਣ ਦੇਖੀਏ ਬੇਬੇ ਜੀਵ ਗੱਡੀ ਖੜੀ ਹੈ ਜੀਵ ਆਪੇ ਨਿਕਲਦੀ ਆ ਪੀ ਕੇ ਦੇਖੋ ਹਾਂ ਆਪੇ ਨਿਕਲਦੀ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਥੈਂਕ ਯੂ ਸੋ ਮਚ ਇੱਕ ਵਾਰੀ ਫਿਰ ਤੁਸੀਂ ਆਏ ਅਤੇ ਜਾਣ ਲੱਗਿਆ ਸਾਨੂੰ ਇਹ ਜ਼ਰੂਰ ਦੱਸ ਕੇ ਜਾਓ ਕਿਉਂਕਿ ਮੈਨੂੰ ਵੀ ਅਤੇ ਸਾਰੀ ਆਡੀਅੰਸ ਨੂੰ ਇਹ ਤਾਂਘ ਹੁੰਦੀ ਹੈ ਵੀ ਅਗਲਾ ਨਿੱਕੂ ਭਾਈ ਦਾ ਕਿਹੜਾ ਗਾਣਾ ਹੈ ਜਾਂ ਕਿਹੜਾ ਪ੍ਰੋਜੈਕਟ ਹੈ ਯਾਰ ਬੇਲੀ ਸਾਰਿਆਂ ਨੇ ਸੁਣਿਆ ਗੁਸਤਾਖੀਆਂ ਸੁਣਿਆ ਅਤੇ ਹੁਣ ਆ ਰਿਹਾ ਸਿਡਨੀ ਬਸ ਆਉਣ ਵਾਲਾ ਹੀ ਸਮਝੋ ਸਿਡਨੀ ਚੱਲਿਓ ਤੁਸੀਂ ਸਿਡਨੀ ਗਾਣਾ ਹੋਣ ਲੱਗਿਆ ਨੀ ਤੂੰ ਕੱਲੀ ਕੱਲੀ ਯਾਰ ਦੀ ਨਿਸ਼ਾਨੀ ਮੋੜ ਗਈ ਨੀ ਤੂੰ ਤੇਰੀ ਮੇਰੀ ਟੁੱਟੀ ਕਹਿ ਕੇ ਦਿਲ ਤੋੜ ਗਈ ਸੀ ਤੈਨੂੰ ਸੁਪਨੇ ਦੇ ਵਿੱਚ ਵੀ ਜਹਾਜ਼ ਦਿਸਦੇ ਨੀ ਬਾਹਰ ਜਾਣ ਨੂੰ ਕਾਲੀਏ ਉਹ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਮੁੰਡਾ ਹਿੱਕ ਉੱਤੇ ਝਾਂਜਰਾਂ ਨੂੰ ਸੌਂਦਾ ਰੱਖ ਕੇ ਨੀ ਸੁਣ ਸਿਡਨੀ ਵਾਲੀਏ ਨੀ ਸੁਣ ਸਿਡਨੀ ਵਾਲੀਏ ਬਹੁਤ ਸੋਹਣਾ ਸੋ ਸਿਡਨੀ ਆ ਜਾਣਾ ਇਹਦੇ ਨਾਲ ਹੀ ਡੂਇਟ ਗਾਣਾ ਜਿਹੜਾ ਉਹ ਵੀ ਤਿਆਰ ਪਿਆ ਉਹ ਕਹਿੰਦਾ ਕੀ ਕਹੂੰਗੀ ਜੇ ਡੈਡੀ ਮੈਨੂੰ ਪੁੱਛਿਆ ਮੁੰਡਾ ਕੀ ਕੰਮ ਕਾਰ ਕਰਦਾ ਉਹ ਕਹਿੰਦਾ ਬਹੁਤਾ ਸੋਚੀ ਨਾ ਤੂੰ ਕਹਿੰਦੀ ਬਸ ਪੱਲੀਏ ਮੁੰਡਾ ਮੈਨੂੰ ਪਿਆਰ ਕਰਦਾ ਤੂੰ ਕਹਿੰਦਾ ਇੰਨਾ ਕਹਿੰਦੀ ਬਸ ਮੈਨੂੰ ਪਿਆਰ ਕਰਦਾ ਤੇ ਇਹ ਤੋਂ ਬਾਅਦ ਤਿੰਨ ਨੇ ਪਾਈਪਲਾਈਨ ਚ ਵੀ ਸੁਣਾਉਂਦੇ ਬੋਲੇ ਬੋਲੇ ਇਹ ਵੀ ਸੁਣਾਉਂਦੇ ਸੁਣਾਏ 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 ਕਹਿੰਦਾ ਮਾੜਾ ਮਾੜਾ ਮਸਾਲਾ ਹਾਂ ਮਾੜਾ ਨਿੰਬੂਜ਼ ਮਸਾਲਾ ਹਾਂ ਪਾ ਕੇ ਕਹਿੰਦਾ ਕਹਿੰਦੇ ਮੋੜਾਂ ਉੱਤੇ ਖੜਦਾ ਏ ਮੁੰਡਿਆਂ ਨਾਲ ਲੜਦਾ ਏ ਕਰਨ ਐਵੇਂ ਲੋਕੀ ਬਦਨਾਮ ਲੱਗ ਗਏ ਕਹਿੰਦੇ ਮੋੜਾਂ ਉੱਤੇ ਖੜਦਾ ਏ ਮੁੰਡਿਆਂ ਨਾਲ ਲੜਦਾ ਏ ਕਰਨ ਐਵੇਂ ਲੋਕੀ ਬਦਨਾਮ ਲੱਗ ਪਏ ਲੱਗ ਗਏ ਇੰਨੇ ਦਿਨ ਹੋਏ ਨੀ ਜਵਾਨ ਸਾਨੂੰ ਹੋਇਆ ਮਿੱਤਰਾਂ ਤੇ ਜਿੰਨੇ ਇਲਜ਼ਾਮ ਲੱਗ ਗਏ ਇੰਨੇ ਦਿਨ ਹੋਏ ਨੀ ਜਵਾਨ ਸਾਨੂੰ ਹੋਇਆ ਮਿੱਤਰਾਂ ਤੇ ਜਿੰਨੇ ਨਿੰਬੂਜ਼ ਮਸਾਲਾ ਸੋਡਾ ਇਹ ਪੀਣ ਨਾਲ ਐਨਰਜੀ ਬਹੁਤ ਆਉਂਦੀ ਹੈ ਮਸਾਲਾ
ਇਹਦੇ ਨਾਲ ਪਾਣੀ ਦੀ ਕਮੀ ਪੂਰੀ ਹੁੰਦੀ ਹੈ ਬਿਲਕੁਲ ਨਾਲੇ ਗਰਮੀਆਂ ਦੇ ਨਾਲ ਇਹਨੂੰ ਪੀ ਕੇ ਸਵਾਦ ਬਹੁਤ ਆਉਂਦਾ ਤੇ ਜਿਹੜੀ ਤੁਸੀਂ ਸੈਲਫੀ ਖਿੱਚਦੇ ਹੋ ਜਿਹੜੀ ਉਹ 'ਚ ਜੀਭਾਂ ਨਿਕਲਦੀਆਂ ਨੇ ਇਹਦੇ ਨਾਲ ਆਪਣੇ ਆਪ ਨਿਕਲਦੀ ਹੈ ਸੋ ਜ਼ਰੂਰ ਪੀਆ ਕਰੋ ਤੇ ਸੈਲਫੀਆਂ ਕਰਿਆ ਕਰੋ ਕਿਆ ਬਾਤ ਹੈ ਜੀ ਕਿਆ ਬਾਤ ਥੈਂਕ ਯੂ ਸੋ ਮਚ ਭਾਜੀ ਲਓ ਜੀ ਨਿੰਬੂ ਮਸਾਲਾ ਆਪਣੀ ਸਹੇਲੀ ਛੱਡ ਦੇ ਅੱਜ ਕਦਮ ਮੁੜ ਕੇ ਨਾ ਕਹਿੰਦੀ ਬੱਲੀਏ ਕਿ ਯਾਰ ਬੇਲੀ ਛੱਡ ਦੇ ਚਲੋ ਜੀ ਕੰਟੀਨਿਊ ਮੰਡੀਰ ਦੇ ਅੱਜ ਦੇ ਸਪੈਸ਼ਲ ਐਪੀਸੋਡ ਦੇ ਵਿੱਚ ਤੁਸੀਂ ਨਿੱਕੂ ਭਾਜੀ ਦੀ ਪਰਫਾਰਮੈਂਸ ਇੰਜੋਏ ਕੀਤੀ ਸੋ ਕੰਟੀਨਿਊ ਮੰਡੀਰ ਇਜ਼ ਬ੍ਰੌਟ ਟੂ ਯੂ ਬਾਈ 7 ਅਪ ਨਿੰਬੂ ਮਸਾਲਾ ਸੋਡਾ ਅਸਲੀ ਨਿੰਬੂ ਤੇ ਮਸਾਲਾ ਪਾ ਕੇ 7 ਅਪ ਨਿੰਬੂ ਮਸਾਲਾ ਸੋਡਾ ਅਸਲੀ ਨਿੰਬੂ ਤੇ ਮਸਾਲਾ ਪਾ ਕੇ ਹਾਏ ਲੱਗ ਗਿਆ ਵੀਜ਼ਾ ਬਦਲ ਗਈਆਂ ਗੱਲਾਂ I don't understand yeah yeah but we all understand yeah so what's your name I am Flavian Boniface from Tanzania ਨੀ ਸਾਰਾ ਨਾਮ ਹੀ ਹੈ ਬੋਨੀਫਸ ਬੋਨੀਫਸ ਕਿਹਦੇ ਨਾਲ ਫਸ ਗਿਆ ਤੂੰ ਬੋਨੀਫਸ ਹੈ ਨਾਈਸ ਨੇਮ ਸੋ ਯੂ ਆਰ ਇਨ ਫਸਟ ਇਅਰ ਹੇਅਰ ਯਾ ਇਨ ਫਸਟ ਇਅਰ ਓਕੇ ਓਕੇ ਯੂ ਹੈਵ ਪੰਜਾਬੀ ਫਰੈਂਡਸ ਹੇਅਰ ਅ ਲੋਟ ਆਫ ਦੇਮ ਯਾ ਓਕੇ ਯੂ ਲਾਈਕ ਪੰਜਾਬੀ ਮਿਊਜ਼ਿਕ ਯੈਸ ਆਈ ਡੂ ਓਕੇ ਆਈ ਡੋਨਟ ਅੰਡਰਸਟੈਂਡ ਦ ਲੈਂਗੁਏਜ ਐਨੀ ਸੌਂਗ ਆਈ ਹੈਵ ਹਿੰਦੀ ਸੌਂਗ ਹਿੰਦੀ ਸੌਂਗ ਪੈਲ ਡੋ ਪੈਲ ਕੀ ਕਿਉ ਹਾ ਜ਼ਿੰਦਗੀ ਪਿਆਰ ਕੋ ਹੈ ਸਾਡੀਆਂ ਕਾਫੀ ਨਹੀਂ ਤੋ ਖੁਦਾ ਸੇ ਮੰਗ ਲੂੰ ਮੋਹਲਤ ਨੇ ਕਿ ਨਹੀਂ ਰਹਿਣਾ ਹੈ ਬਸ ਯਹਾਂ ਅਬ ਤੋ ਰੋਜ਼ਾ ਜਿਸੇ ਹੈ ਜਾਣਾ ਨਹੀਂ ਜੋ ਤੂੰ ਮੇਰਾ ਹਮਦਰਦ ਹੈ ਜੋ ਤੂੰ ਮੇਰਾ ਹਮਦਰਦ ਹੈ ਸੁਹਾਨਾ ਹਮਦਰਦ ਹੈ ਜੋ ਤੂੰ ਮੇਰਾ ਹਮਦਰਦ ਹੈ ਵੈਰੀ ਨਾਈਸ ਟਾਕਿੰਗ ਟੂ ਯੂ ਥੈਂਕ ਯੂ ਸੋ ਮਚ ਥੈਂਕ ਯੂ ਜੇ ਇੰਨਾ ਨੱਕ ਮੇਰਾ ਹੁੰਦਾ ਨਾ ਮੈਂ ਪਲਾਟ ਕਰ ਦੇਣਾ ਸੀ ਵੈਰੀ ਨਾਈਸ ਸੌਂਗ ਵੈਰੀ ਨਾਈਸ ਸੌਂਗ ਕਮਾਲ ਮਤਲਬ ਕਿ ਔਸਮ ਯਾ 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 ਯੂ ਵਾਂਟ ਟੂ ਹੈਵ ਸਮ 7 ਅਪ ਨਿੰਬੂ ਮਸਾਲਾ ਸੋਡਾ ਪਹਿਲਾਂ ਹੀ ਹੱਥ ਪਾ ਲਿਆ ਦੇਖ ਹੈ ਮਸਾਲਾ ਨਿੰਬੂ ਮਸਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅੱਜ ਦੇ ਮੁੱਖ ਮਹਿਮਾਨ ਰਵਨੀਤ ਲਈ ਕੁਝ ਕਹਿਣਾ ਚਾਹਾਂਗੀ ਜੀ ਕਹਿੰਦੇ ਸਾਡੀ ਆਮ ਜਿਹੀ ਸ਼ਾਮ ਕੁਝ ਖਾਸ ਹੋ ਗਈ ਇੱਕ ਸੋਹਣੇ ਜਿਹੇ ਮੁਖੜੇ ਨਾਲ ਮੁਲਾਕਾਤ ਹੋ ਗਈ ਜੀ ਮੈਂ ਕਿਹਾ ਰੁਕ ਗਈ ਧੜਕਣ ਦਿਲ ਦੀ ਤੇ ਖਾਮੋਸ਼ ਕਾਇਨਾਤ ਹੋ ਗਈ ਭੁੱਲਾ ਕੋਲੋ ਜੋ ਨਾ ਹੋ ਸਕਿਆ ਨਜ਼ਰਾਂ ਨਾਲ ਉਹ ਗੱਲਬਾਤ ਹੋ ਗਈ ਥੈਂਕ ਯੂ ਸਰ ਆਲੋ ਜੀ ਤੁਹਾਡੇ ਕੱਦ ਜਿੰਨੀ ਤੁਹਾਡੇ ਸਾਈਜ਼ ਜਿੰਨੀ ਛੋਟੀ ਜੀ ਛੋਟੀ ਜੀ ਪਿਆਰੀ ਜੀ ਭੈਣ ਨੂੰ ਛੋਟੀ ਜੀ ਸੈਵਨ ਅਪ ਨਿੰਬੂ ਮਸਾਲਾ ਸੋਡਾ ਥੈਂਕ ਯੂ ਸੋ ਮਚ ਕੀ ਨਾਂ ਜੀ ਜਸਪ੍ਰੀਤ ਸਿੰਘ ਵੀਰੇ ਬਹੁਤ ਸੋਹਣਾ ਕੱਦ ਕਿੱਥੇ ਕਿੱਥੇ ਰਹਿੰਦੇ ਹੋ ਪਿੰਡ ਰਹਿੰਦੇ ਵੀਰੇ ਪਿੰਡ ਕਿਹੜਾ ਜੀ ਰਤੋਵਾਲੀ ਰਤੋਵਾਲ ਕੀ ਸ਼ੌਂਕ ਨੇ ਸ਼ੌਂਕ ਸਰ ਫੁੱਟਬਾਲ ਖੇਡਦੇ ਆਂ ਕੀ ਬਾਤ ਹੈ ਕਰ ਲੈਂਦੇ ਸਰ ਥੋੜੀ ਥੋੜੀ ਤੇ ਸੁਣਾਓ ਫਿਰ ਉਹ ਇੱਕ ਗੱਲ ਅੱਖਾਂ ਉਹ ਵੀ ਡਰ ਡਰ ਕੇ ਉਹ ਦਿਨ ਕੱਟਾ ਤੇਰੇ ਬਾਜੋ ਮਰ ਮਰ ਕੇ ਉਹ ਸੋਹਣੀਏ ਨੀ ਦਿਲ ਵੱਟੇ ਲੈਣਾ ਤੇਰਾ ਦਿਲ ਦੱਸ ਦੇਗੀ ਕਿ ਨਹੀਂ ਓਏ ਅਸੀਂ ਕਦੇ ਆਖੀਏ ਜੇ ਕਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ ਅਸੀਂ ਕਦੇ ਆਖੀਏ ਜੇ ਕਲੀ ਕਿਤੇ ਮਿਲ ਕੁਝ ਕਹੇਗੀ ਤਾਂ ਨਹੀਂ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਦਾਮਿਨੀ ਜੋਸਨ ਦਾਮਿਨੀ ਜੋਸਨ ਕਿੱਥੇ ਰਹਿੰਦੇ ਹੋ ਜੀ ਲੁਧਿਆਣੇ ਤੋਂ ਹੋਰ ਸੁਣਾਓ ਕੀ ਸੁਣਾਓਗੇ ਮੈਨੂੰ ਸਿੰਗਿੰਗ ਦਾ ਸ਼ੌਂਕ ਹੈ ਸਿੰਗਿੰਗ ਗਾਣਾ ਸੁਣਾਓ ਜੀ ਸੁਣਾਓ ਬਹੁਤ ਵਧੀਆ ਵੀ ਮਾਇਆ ਬੁਹਾ ਖੋਲ ਰੱਖੀਦਾ ਵੀ
ਕੀਦਾ ਵੀ ਤੂੰ ਫਿਰ ਵੀ ਨਾ ਆਵੇਂ ਸਾਡੀ ਜਾਨ ਤੜਫਾਵੇਂ ਸਾਰਾ ਦਿਨ ਤੇਰੇ ਨਾਂ ਜਦੋਂ ਟਲ ਜਾਂਦੀ ਸ਼ਾਮ ਤੇ ਫਿਰ ਬੂਹਾ ਟੋਲਦਾ ਕੱਲੇ ਬਹਿ ਬਹਿ ਰੋ ਲਈਦਾ ਵੀ ਸੋਹਣਿਆ ਕੱਲੇ ਬਹਿ ਬਹਿ ਰੋ ਲਈਦਾ ਵੀ ਮਾਹੀਆ ਕੱਲੇ ਬਹਿ ਬਹਿ ਰੋ ਲਈਦਾ ਥੈਂਕ ਯੂ ਹਾਲੋ ਜੀ ਸੈਵਨ ਆਪਣੀ ਬੁੱਧ ਮਸਾਲਾ ਸੋਡਾ ਬਹੁਤ ਸੋਹਣਾ ਗਾਇਆ ਤੁਸੀਂ ਅੱਜ ਦੇ ਸਿੰਗਰ ਵੀ ਗਾਉਂਦੇ ਨਹੀਂ ਹੈਗੇ ਜਿੰਨਾ ਸੋਹਣਾ ਤੁਸੀਂ ਗਾਇਆ ਜੀ ਬਹੁਤ ਸੋਹਣਾ ਬਹੁਤ ਸੋਹਣਾ ਥੈਂਕ ਯੂ ਸੋ ਮਚ ਥੈਂਕ ਯੂ ਆਓ 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 ਕਿਆ ਬਾਤ ਕੀ ਨਾਂ ਹੈ ਜੀ ਇੰਦਰ ਕਿਆ ਬਾਤ ਨੱਤੀਆਂ ਹੈ ਕੰਨਾਂ 'ਚ ਬਹੁਤ ਵਧੀਆ ਬਹੁਤ ਵਧੀਆ ਆਓ ਫਿਰ ਮੁੰਡਾ ਪੱਕਾ ਗਾਉਂਦਾ ਉਹ ਕੋਈ ਉੱਡਦਾ ਕਾਂ ਜਾਂਦਾ ਬੇਮਾਇਆ ਹੈ ਸੱਜਣ ਮੁਕਾ ਜਾਂਦੇ ਤੇ ਲੱਗ ਮੌਤ ਦਾ ਨਾਂ ਜਾਂਦਾ ਕੈਸੀ ਇਹ ਦੂਰੀ ਆ ਕੋਈ ਹੱਲ ਹੀ ਨਹੀਂ ਅੱਜ ਵੀ ਤੂੰ ਆਇਆ ਨਾ ਤੂੰ ਆਉਣਾ ਕੱਲ ਵੀ ਨਹੀਂ ਚਿੱਠੀਆਂ ਵੀ ਪਾਈਆਂ ਮੈਂ ਤੂੰ ਤਾਂ ਪੜੀਆਂ ਹੀ ਨਹੀਂ ਕਦਾ ਇਹ ਮਿਲਣਾ ਜੇ ਗੱਲਾਂ ਕਰੀਆਂ ਹੀ ਨਹੀਂ ਸੋਚ ਸੋਚ ਦਿਨ ਮੁੱਕ ਜਾਂਦੇ ਵੇ ਤੇਰੇ ਲਾਰੇ ਨਹੀਂ ਮੁੱਕਦੇ ਲੱਖ ਮਨਾ ਲਿਆ ਦਿਲ ਨੂੰ ਵੇ ਮੇਰੇ ਹੰਝੂ ਨਹੀਂ ਰੁਕਦੇ ਬੇ ਹੁਣ ਮੇਰੀ ਜਾਨ ਤੇ ਪੈ ਗਈ ਆ ਦਿਲ ਮੇਰਾ ਵੀ ਕਰਦਾ ਛੱਡਦਾ ਪਰ ਤੇਰੀ ਆਦਤ ਪੈ ਗਈ ਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਬਹੁਤ ਹੀ ਮਸਾਲੇਦਾਰ ਪਰਫਾਰਮੈਂਸ ਮਸਾਲੇਦਾਰ ਸਿੰਗਿੰਗ ਥੈਂਕ ਯੂ ਸੋ ਮਚ ਬਹੁਤ ਮੈਨੂੰ ਖੁਸ਼ੀ ਹੋਈ ਤੁਹਾਡੇ ਚਿਹਰੇ ਤੇ ਸਮਾਈਲ ਦੇਖ ਕੇ ਬਹੁਤ ਵਧੀਆ ਸੋ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ਣ ਕੀ ਨਾਂ ਕੀ ਤੁਹਾਡਾ ਹਰਦੀਪ ਸਿੰਘ ਕਿੱਦਾਂ ਵਧੀਆ ਲੰਘ ਰਹੀ ਜ਼ਿੰਦਗੀ ਚਲੋ ਬਹੁਤ ਵਧੀਆ ਕੀ ਸੁਣਾਓਗੇ ਤੁਸੀਂ ਸੰਗੀ ਜਾਂਦੇ ਹੋ ਅਗਲਾ ਟੌਰਨ ਵਾਲਾ ਹੈ ਹੈ ਸੁਣਾਓ ਫਿਰ ਉਹ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਹੁੱਪਲ ਪੀਣਾ ਬੈਠਾ ਜਿਹੜਾ ਟਿੱਕ ਮੇਰੇ ਲਈ ਹੁਕਨੇ ਅਹਿਸਾਨ ਮੇਰੇ ਸਿਰ ਤੇ ਸੋਚ ਸੋਚ ਅੱਖੋਂ ਹੰਝੂ ਚੋ ਗਿਆ ਉਹ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚੀ ਬਹੁਤ ਸੋਹਣੀ ਆਵਾਜ਼ ਹੈ ਸਾਧ ਸਵਾਦ ਲਿਆਉਂਦੀ ਆਵਾਜ਼ ਤੇਰੀ ਬਹੁਤ ਸੋਹਣਾ ਗਾਇਆ ਕਰੋ ਬਹੁਤ ਬਹੁਤ ਸੋਹਣੀ ਚੰਗਾ ਬਾਬਾ ਜੀ ਧੰਨਵਾਦ ਵਕਤ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਨਾ ਰਿਮੋਟ ਨੂੰ ਹੱਥ ਲਾਓ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਤੇ ਵੇਖਦੇ ਰਹੋ ਕੰਟੀਨੀ ਮੰਡੀਰ ਸਪੈਸ਼ਲ ਐਪੀਸੋਡ ਕੰਟੀਨੀ ਮੰਡੀਰ ਇਜ਼ ਬ੍ਰੌਟ ਟੂ ਯੂ ਬਾਏ 7ਅਪ ਨਿੰਬੂ ਦਾ ਮਸਾਲਾ ਸੋਡਾ ਅਸਲੀ ਨਿੰਬੂ ਤੇ ਮਸਾਲਾ ਪਾ ਕੇ ਫੇਰ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ ਕੰਟੀਨੀ ਮੰਡੀਰ ਦੇ ਵਿੱਚ ਸਪੈਸ਼ਲ ਐਪੀਸੋਡ ਕੰਟੀਨੀ ਮੰਡੀਰ ਇਜ਼ ਬ੍ਰੌਟ ਟੂ ਯੂ ਬਾਏ 7ਅਪ ਨਿੰਬੂ ਦਾ ਮਸਾਲਾ ਸੋਡਾ ਅਸਲੀ ਨਿੰਬੂ ਤੇ ਮਸਾਲਾ ਪਾ ਕੇ ਹਾਂਜੀ ਹਾਂਜੀ ਸਟੂਡੈਂਟ ਦੇ ਤੁਸੀਂ ਜਲਵੇ ਦੇਖੇ ਜੋਹਰ ਦੇਖੇ ਤੇ ਫੈਕਲਟੀ ਮੈਂਬਰਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਰ ਕੀ ਹਾਲ ਚਾਲ ਜੀ ਵਧੀਆ ਜੀ ਤੁਸੀਂ ਸੁਣਾਓ ਕੀ ਨਾਮ ਹੈ ਜੀ ਆਪਣਾ ਨਿਪੁੰਨ ਸ਼ਰਮਾ
ਓਕੇ ਜੀ ਓਕੇ ਹਾਂਜੀ ਆਪਾਂ ਉੱਥੇ ਵੀ ਮਿਲੇ ਸੀਗੇ ਜੀ ਹਾਂਜੀ ਕੇਸੀ ਕਾਲਜ ਦੇ ਵਿੱਚ ਕੇਸੀ ਕਾਲਜ ਹਾਂਜੀ ਤੇ ਹੁਣ ਇੱਧਰ ਆ ਗਏ ਹਾਂ ਹਾਂਜੀ ਹਾਂਜੀ ਸਰ ਹੋਰ ਸੁਣਾਓ ਨਮਿਤਾ ਜੀ ਬਹੁਤ ਵਧੀਆ ਜੀ ਵਧੀਆ ਤੁਸੀਂ ਸੁਣਾਓ ਇੱਥੇ ਕਿੱਦਾਂ ਜੀ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੁਹਾਨੂੰ ਪਰਿਵਾਰ ਸਭ ਵਧੀਆ ਜੀ ਸਾਰਾ ਪਰਿਵਾਰ ਵਿਆਹ ਵਿਓ ਵਿਆਹ ਹਲੇ ਹੋਣਾ ਜੀ ਹੁਣ ਦਿਖਾਓ ਫਿਰ ਹੁਣ ਕੋਈ ਗੱਲ ਨਹੀਂ ਜ਼ਰੂਰ ਹਾਂਜੀ ਆ ਸਿਆਲਾ ਆ ਸਿਆਲਾ ਹੁਣ ਕਰੀਏ ਕੰਮ ਹਾਂਜੀ ਹਾਂਜੀ ਪੂਰਾ ਜੋਰਾ ਕਰਦੇ ਹਾਂ ਉਹ ਲੋ ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਵਧੀਆ ਬਹੁਤ ਵਧੀਆ ਸੋ ਹੋਪ ਜਦੋਂ ਅਗਲੀ ਵਾਰ ਕਿਸੇ ਕਾਲਜ ਮਿਲੇ ਹਾਂਜੀ ਹਾਂਜੀ ਤੇ ਵਿਆਹ ਮਿਲੋ ਮੈਡਮ ਜੀ ਨਾਲ ਹੀ ਮਿਲਣਗੇ ਹਾਂ ਹਾਂ ਮੈਡਮ ਜੀ ਨਾਲ ਹੋਣ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਰਾਹੁਲ ਰਾਹੁਲ ਤੁਸੀਂ ਕੀ ਕਰਦੇ ਹੋ ਜੀ ਸਰ ਇੱਥੇ ਗ੍ਰਾਫਿਕਸ ਦਾ ਤੇ ਵੈਬ ਦਾ ਕੰਮ ਕਰਦੇ ਆ ਪਲੱਸ ਮੀਡੀਆ ਦਾ ਡਿਪਾਰਟਮੈਂਟ ਆਪਣਾ ਥੋੜੀ ਛੋਟੀ ਉਮਰ ਲਾਦੀ ਆ ਜ਼ਿੰਮੇਵਾਰੀ ਬੜੀ ਲਾਦੀ ਤੁਹਾਡੇ ਤੇ ਸਰ ਬਸ ਤੁਹਾਡੇ ਵਾਂਗੂ ਹੀ ਆ ਸਰ ਉਹ ਨਹੀਂ ਮੈਂ ਆਦੇ ਹਾਸੀਆਂ ਖੇਡੀਆਂ ਦੇ ਚੱਲਣ ਦਾ ਕੰਮ ਮੇਰਾ ਆਪਣਾ ਵੀ ਹਾਸੀਆਂ ਖੇਡੀਆਂ ਦੇ ਚੱਲਦਾ ਸਰ ਬਹੁਤ ਵਧੀਆ ਕੀ ਸ਼ੌਂਕ ਕੀ ਤੁਹਾਡੇ ਉਮਰ ਕਿੰਨੀ ਤੁਹਾਡੀ ਸਰ 23 ਸਾਲ 23 ਸਾਲ ਫਿਰ ਤਾਂ ਠੀਕ ਹੈ ਯਾਰ ਫੋਟੋਗ੍ਰਾਫੀ ਦਾ ਸ਼ੌਂਕ ਹੈ ਸਰ ਫੋਟੋਗ੍ਰਾਫੀ ਦਾ ਯਾ ਓਕੇ ਓਕੇ ਤੁਹਾਡੇ ਵੀ ਕੈਂਡੀ ਸ਼ਾਟ ਲੈਣੇ ਅੱਜ ਕਾਫੀ ਥੈਂਕ ਯੂ ਸੋ ਮਚ ਤੁਸੀਂ ਮੈਨੂੰ ਜ਼ਰੂਰ ਮੇਲ ਕਰਿਓ ਮੇਰਾ ਆਪਣਾ ਯਾ ਸ਼ੋਰ ਸਰ ਤੁਹਾਨੂੰ ਅਟੈਕ ਆਏਗਾ ਅਟੈਕ ਆਏਗਾ ਟੈਗ ਕਰਾਂਗੇ ਅੱਛਾ ਟੈਗ ਆਏਗਾ ਮੈਂ ਸੋਚਿਆ ਕਹਿੰਦਾ ਤੁਹਾਨੂੰ ਅਟੈਕ ਆਏਗਾ ਭਰਾਵਾ ਮੈਂ ਗਿਆ ਕੀ ਚੱਕਰ ਪੈ ਗਿਆ ਅੱਛਾ ਟੈਗ ਓਕੇ ਓਕੇ ਠੀਕ ਹੈ ਟੈਗ ਜ਼ਰੂਰ ਕਰਿਓ ਮੇਰਾ ਭਰਾ ਚਲੋ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਜੀ ਅੱਜ ਥੈਂਕ ਯੂ ਜੀ ਹਾਂ ਮੌਸਮ ਬੜਾ ਵਧੀਆ ਜੀ ਹਾਂਜੀ ਉਹ ਤਾਂ ਹੈ ਤੇ ਸ਼ੋਅ ਵੀ ਬਹੁਤ ਸ਼ੂਟ ਬਹੁਤ ਵਧੀਆ ਹੋਇਆ ਬਿਲਕੁਲ ਬਿਲਕੁਲ ਹੋਰ ਸੁਣਾਓ ਜੀ ਨਮਿਤਾ ਜੀ ਬਹੁਤ ਵਧੀਆ ਸਭ ਵਧੀਆ ਠੀਕ ਠਾਕ ਜੀ ਤੁਸੀਂ ਕੀ ਪੜਾਉਂਦੇ ਹੋ ਜੀ ਇੱਥੇ ਮੈਂ ਜੀ ਇੱਥੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਚ ਅਸਿਸਟੈਂਟ ਪ੍ਰੋਫੈਸਰ ਹਾਂ ਕਵਿਤਾ ਸ਼ਰਮਾ ਕਿੰਨੇ ਸਾਲ ਤੋਂ ਜੀ ਕਿੰਨੇ ਸਾਲ ਤੋਂ ਕਿੰਨੇ ਚਿਰ ਤੋਂ ਮਤਲਬ ਇੱਥੇ ਮੈਨੇ ਫਸਟ ਜੌਬ ਹੀ ਸਿਟੀ ਗਰੁੱਪ ਤੋਂ ਸਟਾਰਟ ਕੀਤੀ ਸੀ ਓਕੇ ਹਾਂਜੀ ਮੇਰਾ ਕਰੀਅਰ ਹੀ ਇੱਥੋਂ ਸਟਾਰਟ ਹੋਇਆ ਕਦੋਂ ਕੀਤਾ ਸੀਗਾ ਜੀ ਉਹ ਵੀ ਪੁੱਛਦਾ 2002 ਚ 16 ਸਾਲ ਹਾਂਜੀ ਹੁਣ ਅਸੀਂ ਪੰਜਾਬ ਸੈਟਲ ਹੋਏ ਜੱਦੀ ਪਿੰਡ ਗੁਜਰਾਲੀ ਹੈ ਇੱਥੇ ਦਾ ਸਰ ਕੀ ਬਾਤ ਹੈ ਪੈਰਾਂ 'ਚ ਵੱਡਾ ਚੱਕਰ ਹੈ ਜੀ ਬਿਲਕੁਲ ਜੀ ਬਿਲਕੁਲ ਬਹੁਤ ਹੀ ਤਕੜਾ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਅਤੇ ਮੈਡਮ ਕਿੱਥੋਂ ਦੇ ਬਿਲੋਂਗ ਕਰਦੇ ਨੇ ਮੈਡਮ ਪਟਿਆਲੇ ਤੋਂ ਬਿਲੋਂਗ ਕਰਦੇ ਪਟਿਆਲੇ ਤੋਂ ਪਟਿਆਲੇ ਤੋਂ ਉਹ ਕੀ ਕਰਦੇ ਨੇ ਜੀ ਉਹ ਐਮ ਏ ਕਲਾਸੀਕਲ ਡਾਂਸਰ ਨੇ ਟੀਚਰ ਨੇ ਸਰ ਇਸ ਵੇਲੇ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਲੱਗਿਆ ਥੋੜ੍ਹਾ ਬਹੁਤਾ ਕੋਈ ਗਾਣਾ ਜਾਂ ਕੋਈ ਸ਼ਾਇਰੋ ਸ਼ਾਇਰੀ ਕੁਛ ਵੀ ਹੋ ਜੇ ਜੀ ਉਹ ਕਾਗਜ਼ ਕੀ ਕਸ਼ਤੀ ਵੋ ਬਾਰਿਸ਼ ਕਾ ਪਾਣੀ ਲੁਟਾ ਦੋ ਮੁਝੇ ਵੋ ਬਚਪਨ ਕੀ ਕਹਾਣੀ ਥੈਂਕ ਯੂ ਵੈਰੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਬਹੁਤ ਵਧੀਆ ਲੱਗਿਆ ਗੱਲਬਾਤ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀਆਂ ਨੇ ਕਾਰ ਨਹੀਂ ਪਾਇਆ ਤੁਸੀਂ ਕਾਰਡ ਪਾਇਆ ਮੈਂ ਸੀਨੀਅਰ ਹਾਂ ਨਾ ਜ਼ਿਆਦਾ ਨਾ ਵਧੀਆ ਵਧੀਆ ਥੈਂਕ ਯੂ ਸੁਣਾਓ ਜੀ ਬਹੁਤ ਵਧੀਆ ਵਧੀਆ ਫਸਟ ਕਲਾਸ ਸਭ ਵਧੀਆ ਅਮਰਿੰਦਰ ਸਿੰਘ ਜੀ ਅਮਰਿੰਦਰ ਸਿੰਘ ਜੀ ਰਾਜ ਵਾਲਾ ਨਾਮ ਹੈ ਜੀ ਦੇਖੋ ਬਿਲਕੁਲ ਪਟਿਆਲੇ ਦੇ ਹਾਂ ਅਸੀਂ ਵੀ ਤੇ ਪੜ੍ਹਾਈ ਕਿੱਥੋਂ ਹੋਈ ਜੀ ਤੁਹਾਡੀ ਮੇਰੀ ਸਕੂਲਿੰਗ ਹੈ ਬ੍ਰਿਟਿਸ਼ ਕੋਐਡ ਉਹ ਵੀ ਪਟਿਆਲਾ ਤੋਂ ਯੈਸ ਫਿਰ ਬੁੱਢਾ ਦਲ ਪੜ੍ਹਿਆ ਉਸ ਤੋਂ ਬਾਅਦ ਫਿਰ ਮੈਂ BCOM ਕੀਤੀ ਮੋਦੀ ਕਾਲਜ ਪਟਿਆਲਾ ਤੋਂ ਓਕੇ ਉਸ ਤੋਂ ਬਾਅਦ ਮੈਂ MBA ਕੀਤੀ ਹੈ ਪੰਜਾਬੀ ਯੂਨੀਵਰਸਿਟੀ ਅਤੇ ਨਾਲ ਹੀ PhD ਵੀ ਉੱਥੋਂ ਹੀ ਕੰਪਲੀਟ ਕੀਤੀ ਹੈ ਜਦੋਂ ਤੁਸੀਂ ਪੜ੍ਹਦੇ ਸੀ ਹੁਣ ਤੋਂ ਮੈਨੂੰ ਲੱਗਦਾ 7-8 ਸਾਲ ਪਹਿਲਾਂ ਦੀ ਗੱਲ ਹੋਊਗੀ ਜੀ ਕਾਲਜ ਜੀ ਜੀ ਬਿਲਕੁਲ ਕਿੰਨਾ ਕੁ ਤੁਹਾਨੂੰ ਮਾਹੌਲ ਫਰਕ ਲੱਗਦਾ ਹੈ ਇਹ ਜਿਹੜੀ ਅੱਜ ਦੀ ਜਨਰੇਸ਼ਨ ਹੈ ਦੇ ਆਰ ਵੈਰੀ ਫਾਸਟ ਮੋਰ ਫਾਸਟ ਦੇ ਆਰ ਔਨ ਸਨੈਪਚੈਟ ਦੇ ਆਰ ਔਨ ਸਨੈਪਚੈਟ ਦੇ ਆਰ ਔਨਲਾਈਨ ਦੇ ਆਰ ਮੋਬਾਈਲ ਆਲਵੇਜ਼ ਅਤੇ ਸਾਡੇ ਤੋਂ ਜ਼ਿਆਦਾ ਤੇਜ਼ ਹੈ ਮੀਨਸ ਕੋਈ ਵੀ ਚੀਜ਼ ਦੀ ਮੀਨਸ ਇਹਨਾਂ ਨੂੰ ਕੋਈ ਇਨੋਵੇਸ਼ਨ ਇਹਨਾਂ ਦੇ ਵੱਲੋਂ ਜ਼ਿਆਦਾ ਹੈਗੀ ਹੈ ਔਰ ਅਸੀਂ ਚਾਹੁੰਦੇ ਵੀ ਹਾਂ ਕਿ ਇਹ ਵਧਦੀ ਰਹੇ ਇੱਥੇ ਕਿੰਨੇ ਸਾਲ ਹੋ ਗਏ ਜੀ ਇੱਥੇ ਦਿਸ ਇਜ਼ ਅ ਨਿਊ ਵੈਂਚਰ ਮੈਂ 2017 ਚ ਆ ਗਿਆ ਸੀ ਇੱਥੇ ਓਕੇ ਤੇ ਇਸ ਤੋਂ ਪਹਿਲਾਂ ਕਿੱਥੇ ਸੀਗੇ ਜੀ ਇਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਯੂਨੀਵਰਸਿਟੀ ਸੀਗਾ ਤੇ ਹੁਣ ਮੈਂ ਆਈ ਐਮ ਹੈਡ ਆਫ ਦ ਡਿਪਾਰਟਮੈਂਟ ਇਨ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਓਕੇ ਤੇ ਦੇ ਆਰ ਮਾਈ ਟੀਮ ਮੈਂਬਰਸ ਨਹੀਂ ਬਹੁਤ ਵਧੀਆ ਯੈਸ ਸੋ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਲੱਗਿਆ ਥਿਸ ਇਜ਼ ਆਲ ਬਿਕੋਜ਼ ਆਫ ਯੂ ਆਲ ਬਿਕੋਜ਼ ਆਫ ਗੋਡ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਵਧੀਆ ਲੱਗਿਆ ਗੱਲਬਾਤ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਕੀ ਨਾਮ ਜੀ ਸੁਮਨ ਹੈ ਜੀ ਸੁਮਨ ਅੱਛਾ ਗਾਹ ਹੋ ਜੀ ਅੱਗੇ ਕੀ ਪੜ੍ਹਾਉਂਦੇ ਕੀ ਹੋ ਤੁਸੀਂ ਮੈਂ ਐਡਮਿਸ਼ਨ ਕਾਉਂਸਲਰ ਹੂੰ ਐਡਮਿਸ਼ਨ ਡਿਪਾਰਟਮੈਂਟ ਮੇਂ ਹੂੰ ਨਾਨ ਟੀਚਿੰਗ ਮੇਂ ਐਡਮਿਸ਼ਨ ਜਿਹੜੇ ਬੱਚੇ ਸਿੱਧਾ ਪਹਿਲਾਂ ਐਡਮਿਸ਼ਨ ਕਰਾਉਂਦੇ ਨੇ ਉਹ ਤੁਹਾਡੇ ਕੋਲ ਆਉਂਦੇ ਨੇ ਪਹਿਲਾਂ ਹਾਂਜੀ ਚਲੋ ਮੈਂ ਐਡਮਿਸ਼ਨ ਕਰਾਉਣੀ ਹੈ ਜੀ ਮੈਂ ਆ ਗਿਆ ਠੀਕ ਹੈ ਓਕੇ ਮੈਂ ਇਹ ਨਹੀਂ ਹੈਗਾ ਵੀ ਰਵਨੀਤ ਆ ਹੁਣ ਐਡਮਿਸ਼ਨ ਹੀ ਕਰਾਉਣੀ ਹੈ ਬਸ ਓਕੇ ਘਰਦਿਆਂ ਨੇ ਫੀਸ ਫੂਸ ਸਭ ਕੁਝ ਤੁਸੀਂ ਗੱਲਬਾਤ ਕਰਨੀ ਵੀ ਕਿੱਦਾਂ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਬੱਚਾ ਹਾਂਜੀ ਬੈਠੀਏ ਬਹਿ ਜਾਂਦੇ ਜੀ ਓਕੇ ਅਭੀ ਐਡਮਿਸ਼ਨ ਕੇ ਰਿਗਾਰਡਿੰਗ ਪੁੱਛਣੇ ਆਏ ਆ
इसी कॉलेज में? नहीं, इसी में लेनी है। कोई सब्जेक्ट कोर्स किस में लेनी है? बस डैडी ने कहा जी इतना पढ़ना है। क्यों, यहाँ पे क्यों बोला उन्होंने? बढ़िया है जी। ओके, अच्छा बढ़िया है। तो अभी प्लस टू किया आपने? हाँ जी, अभी नहीं की जी, महीना हो गया। ओके, एक मंथ हो गया। कितने परसेंट मार्क्स आए हैं? 48। ओके, स्ट्रीम कौन सा लिया हुआ था? आर्ट्स। आर्ट्स, ओके। होटल मैनेजमेंट में इंटरेस्ट है? हाँ जी, हाँ जी। बस आप पेमेंट करवा दीजिए, एडमिशन तो हो जाएगी। कितनी है? 94,500। परिवार च कौन कौन जी? परिवार च बहुत जाने हैं, फादर हैं, मदर हैं, मेरी सिस्टर इन लॉ है नाल, उस बाद मेरे दादू दादी हैं नाल, उस बाद मेरे हस्बैंड ने, मेरी बेटी है। ओके जी, चलो बहुत बढ़िया, थैंक यू सो मच, गॉड ब्लेस यू, गॉड ब्लेस यू। सत श्री अकाल जी। सत श्री अकाल जी। छोटा की नाम जी? हर्षा। हां जी, हर्षा। हर्षा, हां जी। ओके ओके, तुसी की पढ़ाउने हो? तुसी छोटे छोटे ला दियो जी, पढ़ाओ भी लागे। एडमिशन, एडमिशन, तुसी भी एडमिशन आ? हां जी। ओके ओके, इन्हें ने रखे एडमिशन ते? मारी कुड़ी कच दी कवारी, वे मैं चंबे दे पहाड़ा वाली शाम, वे मुंडिया संदली संदली नैणा विच तेरा नाम, वे मुंडिया संदली संदली नैणा विच तेरा नाम, वे मुंडिया। थैंक यू, थैंक यू, थैंक यू, थैंक यू, थैंक यू। सत श्री अकाल जी, तुसी रह गए सर। सत श्री अकाल जी, की हाल चाल जी? बहुत वधिया, तुसी सुनाओ। की नाम है थोड़ा? मेरा नाम सारंग विक्की है। ओके जी, तुसी की सब्जेक्ट केड़ा थोड़े कोल? मेरे को म्यूजिक दा सब्जेक्ट है। ओके, म्यूजिक, बहुत वधिया, सुनाओ जी। फिर तुसी तां सिखे भी होए हो, सिखाउने भी हो। की सुनना चाहोगे तुसी? कुछ भी, कुछ भी जो थोनू थोड़ा मन पसंद है। किन्ना सोना तेनू हो, किन्ना सोना तेनू रब ने बनाया, किन्ना सोना तेनू रब ने बनाया, जी करे वेखदा रवां, किन्ना सोना तेनू रब ने बनाया, दिल मुड़दा नी लख समझाया, दिल मुड़दा नी लख समझाया, जी करे वेखदार वां, किन्ना सोना तेनू रब ने बनाया। हुण तुहानू दिखाउने जी सिटी दे मुंडियां दा शानदार भंगड़ा, आओ जी। मिठी मिठी वजे ढोल वाली ताल वे, भंगड़े च पैंदी लुट्टी ते चाल वे, ਲੁਧਿਆਣਾ ਫਿਰੋਜ਼ਪੁਰ ਰੋਡ 'ਤੇ ਤੁਸੀਂ ਅੱਜ ਦਾ ਸਪੈਸ਼ਲ ਐਪੀਸੋਡ ਕੰਟੀਨੀ ਮੰਡੀਰ ਜਿਹੜਾ ਕਿ ਬ੍ਰੌਟ ਟੂ ਯੂ ਬਾਏ ਸੈਵਨ ਅਪ ਨਿੰਬੂਜ਼ ਮਸਾਲਾ ਸੋਡਾ ਤੁਸੀਂ ਪੂਰਾ ਇੰਜੋਏ ਕੀਤਾ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਕੀਪ ਸਪੋਰਟਿੰਗ, ਕੀਪ ਵਾਚਿੰਗ MH1। ਰਵਨੀਤ ਨੂੰ ਪਿਆਰ ਕਰਦੇ ਰਹੋ, ਸਭ ਨੂੰ ਬਹੁਤ ਸਾਰਾ ਪਿਆਰ ਸਤਿਕਾਰ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਥੈਂਕਸ ਫੋਰ ਵਾਚਿੰਗ ਕੰਟੀਨੀ ਮੰਡੀਰ ਔਰ MH1 ਕੰਟੀਨੀ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮਚ।